प्यारे विद्यार्थियों स्वागत है ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਦੇ ਲੋਕ ਕਿਤੇ ਤੇ ਲੋਕ ਕਲਾਵਾਂ ਨਾਲ ਸੰਬੰਧਿਤ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਸੁਣੋ ਸਾਰੇ ਕੁਐਸਚਨ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਪਹਿਲਾ ਪ੍ਰਸ਼ਨ ਦੇਖੋ ਸਾਡਾ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੇਖ ਦਾ ਲੇਖਕ ਕੌਣ ਹੈ ਤੇ ਇਹ ਹੈਗਾ ਕਿਰਪਾਲ ਕਜ਼ਾਕ ਡੀ ਆਪਸ਼ਨ ਆਏਗਾ ਸਾਡਾ ਅਗਲਾ ਪ੍ਰਸ਼ਨ ਦੇਖੋ ਕਿਰਪਾਲ ਕਜ਼ਾਕ ਦਾ ਲਿਖਿਆ ਲੇਖ ਕਿਹੜਾ ਹੈ ਤਾਂ ਸੀ ਸਹੀ ਹੈ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੋਕ ਕਿੱਤੇ ਕਦੋਂ ਤੋਂ ਮਨੁੱਖੀ ਜੀਵਨ ਜਾਂਚ ਦਾ ਹਿੱਸਾ ਬਣੇ ਹਨ ਤਾਂ ਇਹ ਬਣਿਆ ਪ੍ਰਾਚੀਨ ਕਾਲ ਵਿੱਚ ਹੀ ਠੀਕ ਹੈ ਪਹਿਲਾਂ ਤੋਂ ਹੀ ਪ੍ਰਾਚੀਨ ਕਾਲ ਵਿੱਚ ਬੀ ਆਪਸ਼ਨ ਆਏਗਾ ਕਿਹੜੇ ਕਿੱਤਿਆਂ ਦੀ ਮਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ ਤਾਂ ਲੋਕ ਕਿੱਤਿਆਂ ਦੀ ਜਿਹਦੇ ਬਾਰੇ ਅਸੀਂ ਲੈਸਨ ਪੜ੍ਹ ਰਹੇ ਹਾਂ ਦੇਖੋ ਏ ਆਪਸ਼ਨ ਆਏਗਾ ਲੋਕ ਕਿਤੇ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਕਿਵੇਂ ਪੈਦਾ ਹੋਏ ਤਾਂ ਲੋੜ ਪੈਦਾ ਹੋਣ ਕਰਕੇ ਜਿਵੇਂ ਜਿਵੇਂ ਲੋੜਾਂ ਵਧੀਆਂ ਉਵੇਂ ਉਵੇਂ ਕਿੱਤੇ ਵਧਿ ਗਏ ਠੀਕ ਹੈ ਇਸ ਕਰਕੇ ਏ ਆਪਸ਼ਨ ਆਏਗਾ ਸ਼ੁਰੂ ਵਿੱਚ ਮਨੁੱਖ ਨੇ ਲੋੜ ਕਿਸ ਤਰ੍ਹਾਂ ਪੂਰੀ ਕੀਤੀ ਤਾਂ ਸ਼ੁਰੂ ਵਿੱਚ ਉਸਨੇ ਦੇਖੋ ਇਕੱਠਿਆਂ ਰਲ ਕੇ ਗਰੁੱਪ ਬਣਾ ਕੇ ਰਹਿੰਦੇ ਸੀ ਉਹ ਆਦੀ ਮਾਨਵ ਤਾਂ ਬੀ ਆਪਸ਼ਨ ਆਏਗਾ ਔਜ਼ਾਰਾਂ ਦਾ ਵਿਕਾਸ ਕਿਸ ਚੀਜ਼ ਦੀ ਲੱਭਤ ਨਾਲ ਹੋਇਆ ਤਾਤਾਂ ਦੀ ਲੱਭਤ ਨਾਲ ਤਾਤਾਂ ਤੋਂ ਬਣਿਆ ਔਜ਼ਾਰ ਸੀ ਉੱਤਰ ਕੰਮਾਂ ਦੀ ਗਿਣਤੀ ਵਧਣ ਨਾਲ ਕਿਹੜੀ ਲੋੜ ਪੈਦਾ ਹੋਈ ਤਾਂ ਕੰਮਾਂ ਦੀ ਗਿਣਤੀ ਵਧਣ ਨਾਲ ਕੰਮਾਂ ਦੀ ਵੰਡ ਦੀ ਲੋੜ ਪੈਦਾ ਹੋਈ ਕਿਉਂਕਿ ਫਿਰ ਸਾਰੇ ਕੰਮ ਅੱਡੋ-ਅੱਡੀ ਵੰਡੇ ਗਏ ਜਿਨ੍ਹਾਂ ਨੂੰ ਜਿਹੜੇ ਕੰਮ ਦੀ ਮੁਹਾਰਤ ਸੀ ਉਹਨਾਂ ਨੂੰ ਕੋਈ ਖਾਸ ਨਾਮ ਦੇ ਦਿੱਤਾ ਗਿਆ ਜਿਵੇਂ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰ ਪਾਂਡਿਆਂ ਦਾ ਕੰਮ ਕਰਨ ਵਾਲੇ ਕੁਮਿਹਾਰ ਇਸੇ ਤਰ੍ਹਾਂ ਕੰਮਾਂ ਦੀ ਵੰਡ ਹੈ ਜਿਹੜੀ ਗਿਣਤੀ ਵਦਨ ਦੇ ਨਾਲ ਇਹਨਾਂ ਦੀ ਲੋੜ ਪੈਦਾ ਹੋਈ ਤਾਂ ਢਡੀ ਉੱਤਰ ਆਏਗਾ ਸਾਡਾ ਕੰਮਾਂ ਦੀ ਵੰਡ ਕਰਨ ਨਾਲ ਕੀ ਹੋਂਦ ਵਿੱਚ ਆਇਆ ਤਾਂ ਕਾਮਾ ਸ਼੍ਰੇਣੀਆਂ ਹੋਂਦ ਵਿੱਚ ਆਈਆਂ ਅਗਲਾ ਪ੍ਰਸ਼ਨ ਦੇਖੋ ਕਿਸੇ ਕਾਮਾ ਸ਼੍ਰੇਣੀ ਦੇ ਇੱਕ ਕੰਮ ਨੂੰ ਲੰਮਾ ਲਗਾਤਾਰ ਕਰਨ ਨਾਲ ਕੀ ਹੋਂਦ ਵਿੱਚ ਆਇਆ ਤਾਂ ਕਿੱਤਾ ਹੋਂਦ ਵਿੱਚ ਆਇਆ ਜਿਵੇਂ ਕਿਸੇ ਕਾਮਾਸ਼ਰੇ ਨੇ ਕਿਸੇ ਕੰਮ ਨੂੰ ਲੰਬਾ ਸਮਾਂ ਤੱਕ ਕਰ ਲਿਆ ਤਾਂ ਉਹ ਉਹਨਾਂ ਦਾ ਕਿੱਤਾ ਬਣ ਗਿਆ। ਲੱਕੜੀ ਤਰਾਸ਼ਣ ਦਾ ਕਿੱਤਾ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਤਤਰਖਾਨ ਕਿਹਾ ਜਾਂਦਾ ਹੈ। ਏ ਆਪਸ਼ਨ। ਲੋਹੇ ਦੇ ਔਜ਼ਾਰ ਬਣਾਉਣ ਦਾ ਕਿੱਤਾ ਕਰਨ ਵਾਲਾ ਕਿਸ ਨਾਂ ਨਾਲ ਜਾਣਿਆ ਜਾਂਦਾ? ਤਾਂ ਲੋਹਾਰ ਦੇ ਨਾਂ ਨਾਲ ਜਾਣਿਆ ਜਾਂਦਾ। ਸੋਨੇ ਦੇ ਗਹਿਣੇ ਬਣਾਉਣ ਦਾ ਕਿੱਤਾ ਕਰਨ ਵਾਲਾ ਕਿਸ ਨਾਂ ਨਾਲ ਜਾਣਿਆ ਜਾਂਦਾ? ਸੁਨਿਆਰ ਸੀ ਆਪਸ਼ਨ ਆਏਗਾ। ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ? ਤਕ ਕਰ ਕਿਹਾ ਜਾਂਦਾ ਹੱਥ ਨੂੰ ਏ ਆਪਸ਼ਨ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਕੀ ਕਹਿੰਦੇ ਹਨ ਤਕ ਕਰ ਕਰਨੀ ਏ ਆਪਸ਼ਨ ਆਏਗਾ ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਤਾਂ ਉਸ ਨੂੰ ਕਿਹਾ ਜਾਂਦਾ ਕੀਤਾ ਏ ਆਪਸ਼ਨ ਬਾਜ਼ੀਗਰ ਤੇ ਮਰਾਸੀ ਦੇ ਕਿੱਤੇ ਕੀ ਪੈਦਾ ਕਰਦੇ ਹਨ ਤਾਂ ਬਾਜ਼ੀਗਰ ਤੇ ਮਰਾਸੀ ਦੇਖੋ ਇਹਨਾਂ ਦਾ ਵੀ ਆਪ ਦਾ ਕੀਤਾ ਸੀ ਇੱਕ ਤੇ ਲੋਕਾਂ ਦਾ ਮਨੋਰੰਜਨ ਕਰਦੇ ਆ ਮਨੋਰੰਜਨ ਦਾ ਸਾਧਨ ਬਣਦੇ ਆ ਕਿਉਂਕਿ ਪਹਿਲਾਂ ਕੋਈ ਟੀਵੀ ਮੋਬਾਈਲ ਤਾਂ ਹੁੰਦੇ ਨਹੀਂ ਸੀ ਤੇ ਇਸ ਤਰ੍ਹਾਂ ਦੇ ਕਿੱਤਿਆਂ ਨਾਲ ਹੀ ਲੋਕਾਂ ਦਾ ਮਨੋਰੰਜਨ ਹੁੰਦਾ ਸੀ ਬਾਜੀਗਰ ਤੇ ਮਰਾਸੀ ਆ ਜਿਹੜੇ ਉਹ ਲੋਕਾਂ ਦਾ ਮਨੋਰੰਜਨ ਕਰਦੇ ਸੀ ਕਿਸ ਕਰਕੇ ਉੱਤਰ ਆਏਗਾ ਮਨੋਰੰਜਨ ਮਰਾਸੀਆਂ ਕੋਲ ਕਿਹੜੀ ਕਲਾ ਹੁੰਦੀ ਸੀ ਪਾਸ਼ਾਈ ਮੁਹਾਵਰੇ ਦੀ ਠੀਕ ਹੈ ਜਾਨੀ ਪਾਸ਼ਾਈ ਉਹ ਆਪਦੀ ਬੋਲ ਕੇ ਇਸੇ ਤਰ੍ਹਾਂ ਹੀ ਉਹ ਲੋਕਾਂ ਨੂੰ ਹਸਾਉਂਦੇ ਗੱਲਾਂ ਕਰਦੇ ਲੋਕਾਂ ਨਾਲ ਠੀਕ ਹੈ ਮਨੋਰੰਜਨ ਦਾ ਸਾਧਨ ਮੰਨਦੇ ਲੋਕ ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ ਪਿਤਾ ਪੁਰਖੀ ਕੰਮ ਨੂੰ ਜਿਵੇਂ ਅੱਗੇ ਦੀ ਅੱਗੇ ਜਿਹੜਾ ਪੀੜੀ ਦਰ ਪੀੜੀ ਚੱਲਦਾ ਉਸ ਨੂੰ ਲੋਕ ਕੀਤਾ ਕਿਹਾ ਜਾਂਦਾ ਜਿਵੇਂ ਤਰਖਾਨ ਦਾ ਪੁੱਤਰ ਤਰਖਾਨ ਬਣਦਾ ਸੀ ਤੇ ਸੁਨਿਆਰ ਦਾ ਪੁੱਤਰ ਸੁਨਿਆਰੇ ਦਾ ਕੰਮ ਹੀ ਕਰਦਾ ਸੀ ਲੋਕ ਕੀਤਾ ਸਿੱਖਣ ਦਾ ਸਿਲਸਿਲਾ ਕਿਸ ਤਰ੍ਹਾਂ ਚੱਲਦਾ ਹੈ ਤਾਂ ਪੀੜੀ ਦਰ ਪੀੜੀ ਚੱਲਦਾ ਅੱਗੇ ਦੀ ਅੱਗੇ ਵੱਡੇ ਵਡੇਰਿਆਂ ਤੋਂ ਇਲਾਵਾ ਲੋਕ ਕੀਤਾ ਹੋਰ ਕਿਸ ਤੋਂ ਸਿੱਖਿਆ ਜਾ ਸਕਦਾ ਹੈ ਤਾਂ ਹੋਰ ਸਿੱਖਿਆ ਜਾਂਦਾ ਉਸਤਾਦ ਤੋਂ ਜਿਹੜਾ ਕੋਈ ਖਾਸ ਹੋਵੇ ਉਸ ਕਿੱਤੇ ਦੀ ਮਹਾਰਤ ਹੋਵੇ ਜਿਹਦੇ ਕੋਲੇ ਉਹ ਸਟਾਰਟ ਕਿਹਾ ਜਾਂਦਾ ਉਸ ਨੂੰ ਲੋਕ ਕਿਤੇ ਵਿੱਚ 우ਸਤਾਦ ਕੌਣ ਹੁੰਦਾ ਨਿਪੁੰਨ ਤੇ ਕਾਰੀਗਰ ਕਾਰੀਗਰੀ ਨਾਲ ਕਿਤੇ ਕੰਮ ਵਿੱਚ ਜਦ ਸੋਹਜ ਪੈਦਾ ਹੋ ਜਾਂਦਾ ਤਾਂ ਉਹ ਕੀ ਰੂਪ ਧਾਰਨ ਕਰਦਾ ਤਾਂ ਉਹ ਸ਼ਿਲਪਕਾਰੀ ਦਾ ਰੂਪ ਧਾਰਨ ਕਰ ਲੈਂਦਾ ਜਿਸ ਕੰਮ ਤੋਂ ਧਨ ਪ੍ਰਾਪਤ ਹੋਵੇ ਉਸ ਨੂੰ ਕੀ ਕਹਿੰਦੇ ਹਨ ਤਾਂ ਤੰਦਾ ਕਿਹਾ ਜਾਂਦਾ ਤੰਦੇ ਵਿੱਚ ਕਿਹੜੀ ਚੀਜ਼ ਸ਼ਾਮਿਲ ਹੋਣੀ ਜ਼ਰੂਰੀ ਨਹੀਂ ਤਾਂ ਕਿਰਤ ਦਾ ਨਿਰਮਾਣ ਕਿਰਦਾਨ ਨਿਰਮਾਣ ਕਿਵੇਂ ਵੀ ਜਿਹੜਾ ਪੀੜੀਦਾਰ ਪੀੜੀ ਕੀਤਾ ਚੱਲਦਾ ਉਹ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ ਤੇ ਉਹਨਾਂ ਨੂੰ ਸਿਰਫ ਆ ਬੰਦਾ ਨਿਪੁੰਨ ਹੋਣਾ ਚਾਹੀਦਾ ਕੰਮ ਕਰਨ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਧੰਦਾ ਹੁੰਦਾ ਜਿਹਦੇ ਵਿੱਚੋਂ ਕੇ ਧੰਦਾ ਪ੍ਰਾਪਤ ਹੁੰਦਾ ਵਪਾਰੀ ਸ਼ਾਹੂਕਾਰੀ ਤੇ ਦਲਾਲੀ ਕੰਮ ਹੈ ਜਾਂ ਧੰਦਾ ਤਾਂ ਇਹ ਹੈਗਾ ਧੰਦਾ ਦੇਖੋ ਵਪਾਰੀ ਹੈ ਜਿਹੜੇ ਉਹ ਵੀ ਐ ਨਹੀਂ ਕੋਈ ਜਾਤ ਪਾਤ ਜਾਂ ਕੋਈ ਅੱਗੇ ਦੀ ਅੱਗੇ ਚੱਲਦਾ ਕੰਮ ਹਨਾ ਉਹ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਧੰਦਾ ਕਿਹਾ ਜਾਂਦਾ ਇਹਨਾਂ ਦੇ ਕੰਮ ਨੂੰ ਤੰਦ ਪਿੱਟਣ ਤੋਂ ਕੀ ਭਾਵ ਹੈ ਤੰਦ ਪਿੱਟਣ ਤੋਂ ਭਾਵ ਹੈਗਾ ਅਨਚਾਹਾ ਕੰਮ ਜਿਹੜਾ ਕੰਮ ਕਰਨ ਦਾ ਮਨ ਨਾ ਹੋਵੇ ਫਿਰ ਵੀ ਉਹ ਕਰਨਾ ਪਵੇ ਤਾਂ ਉਸ ਨੂੰ ਤੰਦ ਪਿੱਟਣਾ ਕਹਿੰਦੇ ਆ ਪੇਚੀ ਦਾ ਜਾਂ ਔਖੇ ਕੰਮ ਨੂੰ ਕੀ ਕਿਹਾ ਜਾਂਦਾ ਦੇਖੋ ਗੋਰਖ ਧੰਦਾ ਕਿਹਾ ਜਾਂਦਾ ਜਿਹੜਾ ਕੰਮ ਔਖਾ ਲੱਗਦਾ ਹੋਵੇ ਕੜਾ ਚਾਟੀ ਬੁੱਲਣੀ ਕੁੱਜਾ ਦੀਵਾ ਚੱਪਨ ਮੱਟ ਤੇ ਬਲਟੋਈ ਤਾਂ ਕੌਣ ਆਦਵਸਤਾਂ ਬਣਾਉਂਦਾ ਹੈ ਤਾਂ ਕੌਣ ਬਣਾਉਂਦਾ ਹੈ ਭਾਂਡੇ ਸਾਰੇ কুমਿਹਾਰ ਬਣਾਉਂਦਾ ਹੈ ਗੱਡਾ ਸੁਹਾਗ ਹਾਲ ਪੰਜਾਲੀ ਕੌਣ ਬਣਾਉਂਦਾ ਹੈ ਤਾਂ ਇਹ ਤਰਖਾਨ ਬਣਾਉਂਦਾ ਦੇਖੋ ਇਹ ਕੋਈ ਜ਼ਰੂਰੀ ਨਹੀਂ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਮ ਹੀ ਪੇਪਰ ਵਿੱਚ ਆਉਣ ਕਿਸੇ ਇੱਕ ਜਾਂ ਦੋ ਚੀਜ਼ਾਂ ਦੇ ਵੀ ਆ ਸਕਦੇ ਆ ਇਸ ਕਰਕੇ ਤੁਸੀਂ ਕੱਲੀ-ਕੱਲੀ ਚੀਜ਼ ਦਾ ਨਾਮ ਯਾਦ ਰੱਖਣਾ ਜਿਵੇਂ ਗੱਡਾ ਕੌਣ ਬਣਾਉਂਦਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤਰਖਾਨ ਬਣਾਉਂਦਾ ਠੀਕ ਹੈ ਸੁਹਾਗਾ ਕੌਣ ਬਣਾਉਂਦਾ ਹਾਲ ਜਾਂ ਪੰਜਾਲੀ ਇੱਕ ਇੱਕ ਚੀਜ਼ ਦਾ ਨਾਮ ਵੀ ਆ ਸਕਦਾ ਅਗਲਾ ਪ੍ਰਸ਼ਨ ਦੇਖੋ ਸਾਡਾ ਦਾਤਰੀ ਕਹੀ ਰੰਬਾ ਕੋਹਾੜੀ ਕੁਲਹਾੜੀ ਹਾਰਡ ਕੌਣ ਬਣਾਉਂਦਾ ਹੈ ਤੇ ਇਹ ਬਣਾਉਂਦਾ ਲੋਹਾਰ ਲੋਹੇ ਦਾ ਕੰਮ ਕਰਨ ਵਾਲਾ ਜਿਹੜਾ ਦੇਖੋ ਇਹ ਸਾਰੀਆਂ ਚੀਜ਼ਾਂ ਲੋਹੇ ਦੀਆਂ ਬਣਦੀਆਂ ਇਸ ਕਰਕੇ ਲੋਹਾਰ ਬਣਾਉਂਦਾ ਇਸਤਰੀਆਂ ਤੇ ਮਰਦਾਂ ਦੇ ਗਹਿਣੇ ਕੌਣ ਬਣਾਉਂਦਾ ਹੈ ਸੁਨਿਆਰਾ ਕਲਿੱਪ ਸੋਈਆਂ ਬਗਿਹੜੀ ਸੱਗੀ ਫੁੱਲ ਠੂਠੀਆਂ ਦੌਣੇ ਟਿੱਕਾ ਤਰਗਾ ਸ਼ਿੰਗਾਰ ਪੱਟੀ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ ਤਾਂ ਇਹ ਸਿਰ ਅਤੇ ਮੱਥੇ ਉੱਤੇ ਦੇਖੋ ਸਿਰ ਦੇ ਗਹਿਣੇ ਆ ਤੇ ਮੱਥੇ ਦੇ ਗਹਿਣੇ ਆ ਹੁਣ ਇਹਨਾਂ ਵਿੱਚੋਂ ਵੀ ਕੋਈ ਇੱਕ ਗਹਿਣਾ ਦੇ ਕੇ ਵੀ ਪੁੱਛਿਆ ਜਾ ਸਕਦਾ ਵੀ ਇਹ ਸਰੀਰ ਦੇ ਕਿਸ ਹਿੱਸੇ ਤੇ ਪਹਿਨਿਆ ਜਾਂਦਾ ਤੇ ਇਸ ਕਰਕੇ ਤੁਸੀਂ ਕੱਲੇ-ਕੱਲੇ ਗਹਿਣੇ ਦਾ ਨਾਮ ਯਾਦ ਕਰਨਾ ਵਾਲੀਆਂ, ਸਟੱਡ, ਕਾਂਢੇ, ਪਿੱਪਲ ਪੱਤੀਆਂ, ਢੇਡੂ, ਝੁੰਮਕੇ, ਬੂੰਦੇ ਰੇਲਾਂ, ਡੰਡੀਆਂ, ਲੋਟਣ, ਕੋਕਰੂਤ, ਗੋਲਾਂ ਆਦਿ ਗਹਿਣੇ ਆ ਜਿਹੜੇ ਉਹ ਸਰੀਰ ਦੇ ਕਿਸੇ ਹਿੱਸੇ ਉੱਤੇ ਪਹਿਨੇ ਜਾਂਦੇ ਆ ਤਾਂ ਇਹ ਕੰਨਾਂ ਵਿੱਚ ਪਹਿਨਣ ਵਾਲੇ ਗਹਿਣੇ ਆ ਨੱਥ ਬੁਲਾਕ ਲੌਂਗ ਕੋਕਾ ਤੀਲੀ ਵਾਲਾ ਨੁਕਰਾ ਆਦ ਗਹਿਣੇ ਸਰੀਰ ਦੇ ਕਿਸੇ ਹਿੱਸੇ ਉੱਤੇ ਪਹਿਨੇ ਜਾਂਦੇ ਆ ਤਾਂ ਇਹ ਨੱਕ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਆ ਨੱਕ ਵਾਲੇ ਹਸ ਰਾਣੀ ਹਾਰ ਤਵੀਤ ਦਾਖਾਂ ਚੰਪਕਲੀ ਸੌਂਕਣ ਮੋਹਰਾ ਤਵੀਤੜੀਆਂ ਬੋਗਤੀਆਂ ਗਾਨੀ ਜ਼ੰਜੀਰੀਂ ਤਵੀਤ ਮੱਖੀ ਜੁਗਨੀ ਢੋਲਣ ਹਮੇਲ ਆਦਿ ਗਹਿਣੇ ਆ ਜਿਹੜੇ ਉਹ ਇਸਤਰੀਆਂ ਕਿੱਥੇ ਪਾਉਂਦੀਆਂ ਹਨ ਤਾਂ ਇਹ ਗਰਦਨ ਵਿੱਚ ਪਾਉਂਦੀਆਂ ਜਾਂ ਗਲ ਵਾਲੇ ਗਹਿਣੇ ਕਿਹਾ ਜਾਂਦਾ ਇਹਨਾਂ ਨੂੰ ਗੋਖੜੂ, ਪਰਿਵੰਦ, ਗਜਰੇ, ਕੰਗਣ, ਬੰਗਾ ਤੇ ਕਲੀਰੇ ਸਰੀਰ ਦੇ ਕਿਸੇ ਹਿੱਸੇ ਉੱਤੇ ਪਹਿਨੇ ਜਾਂਦੇ ਆ। ਤਵੀਨੀ ਉੱਤੇ ਪਹਿਨੇ ਜਾਂਦੇ ਆ ਬਾਹਾਂ ਦੇ ਗਹਿਣੇ, ਮੁੰਦਰੀ, ਛਾਪ, ਕਲੀਚਰੀ ਤੇ ਆਰਸੀ ਆਦ ਗਹਿਣੇ ਕਿੱਥੇ ਪਹਿਨੇ ਜਾਂਦੇ ਹਨ? ਤਾਂ ਇਹ ਉਂਗਲਾਂ ਵਿੱਚ ਪਹਿਨੇ ਜਾਂਦੇ ਆ। ਮਰਦਾਂ ਦੁਆਰਾ ਪਹਿਨੇ ਜਾਣ ਵਾਲੇ ਕਿਸੇ ਇੱਕ ਗਹਿਣੇ ਦਾ ਨਾਮ ਲਿਖੋ। ਤੱਕੜਾ, ਠੀਕ ਹੈ ਮਰਦਾਂ ਦੁਆਰਾ ਪਹਿਨਿਆ ਜਾਂਦਾ ਕੜਾ। ਤੇ ਤੇਲ ਕੱਢਣ ਦਾ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਤੇਲੀ ਕਿਹਾ ਜਾਂਦਾ ਸਰੋਂ ਤਾਰਾ ਮਿਹਰਾ ਤੇ ਵੜੇਵੇਂ ਆਦ ਬੀਜਾਂ ਵਿੱਚੋਂ ਕੀ ਨਿਕਲਦਾ ਹੈ ਤੇ ਇਹਨਾਂ ਤੋਂ ਤੇਲ ਨਿਕਲਦਾ ਹੈ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਤੇ ਕੀਤੀ ਜਾਂਦੀ ਹੈ ਰੰਗੇ ਹੋਏ ਖੱਦਰ ਉੱਪਰ ਖੱਦਰ ਦੇ ਕੱਪੜੇ ਤੇ ਕੀਤੀ ਜਾਂਦੀ ਹੈ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ ਸਾਦਗੀ ਤੇ ਕਲਾਤਮਕ ਗੁਣਾ ਕਰਕੇ ਕਿਸ ਕਲਾ ਦਾ ਜਨਮ ਹੋਇਆ ਤਾਂ ਲੋਕ ਕਲਾ ਦਾ ਲੋਕ ਕਲਾ ਨਾਲ ਸੰਬੰਧਿਤ ਆਗੇ ਅੱਗੇ ਪ੍ਰਸ਼ਨ ਦੇਖੋ ਸਾਡੇ ਸ਼ਾਸਤਰੀ ਕਲਾ ਦੇ ਨਿਯਮ ਕਿਹੋ ਜਿਹੇ ਹੁੰਦੇ ਹਨ ਤਾਂ ਲਿਖਤੀ ਹੁੰਦੇ ਆ ਪ੍ਰਾਚੀਨ ਲੋਕ ਕਲਾ ਨੂੰ ਪ੍ਰਗਟਾਉਣ ਵਾਲੀਆਂ ਮੂਰਤੀਆਂ ਗਹਿਣੇ ਮੋਹਰਾਂ ਤੇ ਚਿੱਤਰਕਾਰੀ ਵਾਲੇ ਮਿੱਟੀ ਦੇ ਭਾਂਡੇ ਕਿੱਥੋਂ ਮਿਲਦੇ ਹਨ ਤਾਂ ਸਿੰਧ ਘਾਟੀ ਦੀ ਖੁਦਾਈ ਤੋਂ ਮਿਲੇ ਆ ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦੀ ਸਿਰਜਣਾ ਕਿਸ ਨੇ ਕੀਤੀ ਹੈ ਤਾਂ ਇਸਤਰੀਆਂ ਨੇ ਕੀਤੀ ਹੈ ਲੋਕ ਕਲਾਵਾਂ ਦੀ ਸਿਰਜਣਾ ਇਸਤਰੀਆਂ ਦੁਆਰਾ ਸਿਰਜੀ ਲੋਕ ਕਲਾ ਵਿੱਚ ਲੋਕ ਜੀਵਨ ਦੇ ਕਿਹੜੇ ਪਹਿਲੂ ਪੇਸ਼ ਹੋਏ ਆ ਸੁਖਾਂਤਕ ਮੰਗਲਮਈ ਯਾਨੀ ਖੁਸ਼ੀ ਮੇਲਦੀ ਹੈ ਜਿੰਨਾਂ ਨੂੰ ਦੇਖ ਕੇ ਲੋਕ ਕਲਾ ਲੋੜੀ ਦੀ ਸਮਗਰੀ ਕਿੱਥੋਂ ਪ੍ਰਾਪਤ ਕਰਦੀ ਹੈ ਜਾਂ ਫਿਰ ਪੰਜਾਬ ਦੀ ਲੋਕ ਕਲਾ ਵਿੱਚ ਵਰਤੀ ਜਾਣ ਵਾਲੀ ਸਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਇਹ ਚੌਗਿਰਦੇ ਵਿੱਚੋਂ ਸਾਡੇ ਆਲੇ-ਦੁਆਲੇ ਵਿੱਚੋਂ ਹੀ ਦੇਖੋ ਅੱਗੇ ਅਗਲਾ ਕੁਐਸਚਨ ਆ ਗਿਆ ਵੀ ਕਿਹੜੀ ਹੁੰਦੀ ਹੈ ਇਹ ਸਮਗਰੀ ਪਾਂਡੋ ਮਿੱਟੀ, ਨੀਲ, ਚੋਨਾ, ਹਿਰਮਚੀ, ਹਲਦੀ, ਕਾਲਕ, ਕੇਸੂ, ਸ਼ਿੰਗਾਰਫ, ਖੜੀਆਂ ਜਾਂ ਪੀਲੀ ਮਿੱਟੀ ਦੀ ਵਰਤੋਂ ਕਿਸ ਕਲਾ ਦੀ ਸਿਰਜਣਾ ਲਈ ਹੁੰਦੀ ਹੈ? ਤਾਂ ਇਹ ਲੋਕ ਕਲਾ ਦੀ ਸਿਰਜਣਾ ਲਈ, ਜعنی ਇਹ ਔਰਤਾਂ ਜਿਹੜੀਆਂ ਆੜੇ-ਦਵਾਲੇ ਤੋਂ ਹੀ ਚੀਜ਼ਾਂ ਇਕੱਠੀਆਂ ਕਰਦੀਆਂ ਤੇ ਆਪਣੀ ਕਲਾ ਦਾ ਨਿਰਮਾਣ ਕਰਦੀਆਂ। ਪੰਜਾਬ ਦੀ ਲੋਕ ਕਲਾ ਵਿੱਚ ਕਢਾਈ ਦੀ ਕਿਹੜੀ ਕਲਾ ਦੀ ਵਿਸ਼ੇਸ਼ਤਾ ਹੈ? ਤਾਂ ਬਾਗ ਫੁਲਕਾਰੀ ਦੀ। ਫੁਲਕਾਰੀ ਦੀ ਕਢਾਈ ਕੱਪੜੇ ਉੱਤੇ ਕਿਸ ਪਾਸਿਓਂ ਕੀਤੀ ਜਾਂਦੀ ਹੈ? ਤਾਂ ਪੁੱਠੇ ਪਾਸਿਓਂ ਕੀਤੀ ਜਾਂਦੀ ਹੈ ਵਿਆਹ ਦੀਆਂ ਫੁਲਕਾਰੀਆਂ ਦੇ ਨਾਂ ਲਿਖੋ ਜਾਂ ਫਿਰ ਕਿਹੜੀਆਂ ਫੁਲਕਾਰੀਆਂ ਕੁੜੀ ਦੇ ਨਾਨਕੇ ਨਾਨਕੀ ਸ਼ੱਕ ਵਿੱਚ ਲੈ ਕੇ ਆਉਂਦੇ ਹਨ ਤਾਂ ਚੋਪ ਤੇ ਸੁਬਰ ਵਿਆਹ ਵਿੱਚ ਫੇਰਾ ਸਮੇ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ ਤਾਂ ਸੁਬਰ ਲੈਂਦੀ ਹੈ ਉਹਦੇ ਨਾਨਕਿਆਂ ਵੱਲੋਂ ਲਿਆਂਦਾ ਵਾ ਕੱਪੜਾ ਹੁੰਦਾ ਹੈ ਉਸ ਨੂੰ ਸੁਬਰ ਕਿਹਾ ਜਾਂਦਾ ਹੈ ਜੇ ਡੀ ਫੁਲਕਾਰੀ ਨੀਲੇ ਰੰਗ ਦੇ ਕੱਪੜੇ ਉੱਪਰ ਲਾਲ ਜਾਂ ਪੀਲੇ ਰੰਗ ਦੀ ਕਢਾਈ ਨਾਲ ਤਿਆਰ ਕੀਤੀ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹਨ ਤਾਂ ਨੀਲਕ ਕਹਿੰਦੇ ਆ ਕਿਹੜੀ ਫੁਲਕਾਰੀ ਦੀ ਕਢਾਈ ਵਿੱਚ ਸ਼ੀਸ਼ੇ ਜੜੇ ਹੁੰਦੇ ਹਨ ਤਾਂ ਸ਼ਮਾਸ ਵਿੱਚ ਕਾਗਜ਼ ਜਾਂ ਗੱత్తਾ ਲਾ ਕੇ ਬੋਈਏ ਤੇ ਗੋਟੇ ਕਿਹੜੀ ਮਿੱਟੀ ਤੋਂ ਬੰਦਦੇ ਆ ਤਾਂ ਪਾਂਡੋ ਮਿੱਟੀ ਤੋਂ ਛੀਕਣੀ ਮਿੱਟੀ ਤੋਂ ਬੰਦਦੇ ਆ ਇਹ ਕਾਗਜ਼ ਤੇ ਗੱਤਾ ਉਹਦੇ ਵਿੱਚ ਰਲਾਇਆ ਜਾਂਦਾ ਤੇ ਉਸ ਤੋਂ ਬਾਅਦ ਚ ਉਹਦੇ ਬੋਟੇ ਬਣਾਏ ਜਾਂਦੇ ਆ ਜਾਂ ਬੋਈਏ ਬਣਾਏ ਜਾਂਦੇ ਆ ਇਸਤਰੀਆਂ ਸ਼ਤੀਰਾਂ ਕੜੀਆਂ ਥੱਲੇ ਕੰਧਾਂ ਉੱਤੇ ਨੀਲ, ਸਿੰਗਰਫ, ਪੀਲੀ ਮਿੱਟੀ, ਜਾਹਿਰਮਚੀ ਨਾਲ ਕੀ ਵਾਉਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਨਮੂਨੇ ਠੀਕ ਹੈ ਵਾਏ ਜਾਂਦੇ ਆ ਉਹਨਾਂ ਤੇ ਤੇ ਬਹੁਤ ਸੋਹਣੇ ਡਿਜ਼ਾਈਨ ਉਹ ਬਣਾ ਦਿੰਦੀਆਂ ਸੀ ਕੱਚੇ ਘਰਾਂ ਨੂੰ ਬਹੁਤ ਸੋਹਣਾ ਸ਼ਿੰਗਾਰਿਆ ਜਾਂਦਾ ਸੀਗਾ ਤਾਂ ਹੁਣ ਦੇਖੋ ਹੇਠ ਲਿਖੇ ਵਾਕਾਂ ਵਿੱਚੋਂ ਖਾਲੀ ਥਾਵਾਂ ਭਰਨੀਆਂ ਆਪਾਂ ਲੋਕ ਕਿਤੇ ਪ੍ਰਾਚੀਨ ਸਮਿਆਂ ਤੋਂ ਹੀ ਡੈਸ਼ ਦਾ ਹਿੱਸਾ ਰਹੇ ਹਨ ਤਾਂ ਜੀਵਨ ਜਾਂਚ ਦਾ ਸanskrit ਵਿੱਚ ਹੱਥ ਨੂੰ ਡੈਸ਼ ਕਿਹਾ ਜਾਂਦਾ ਹੈ ਕਰ ਕਿਹਾ ਜਾਂਦਾ ਲੋਕ ਕਿਤੇ ਵਿੱਚ ਉਸ ਨੂੰ ਡੈਸ਼ ਮੰਨਿਆ ਜਾਂਦਾ ਹੈ ਜੋ ਆਪਣੇ ਕੰਮ ਵਿੱਚ નિਪੁੰਨ ਅਤੇ ਕਾਰੀਗਰ ਹੋਵੇ ਤਾਂ ਉਸ ਨੂੰ ਉਸਤਾਦ ਡੈਸ਼ ਅਜਿਹੇ ਕਿਤੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੋਵੇ ਤੰਦਾ ਕਿਹਾ ਜਾਂਦਾ ਕਿਸੇ ਪੇਚੀ ਦਾ ਜਾਂ ਔਖੇ ਕੰਮ ਨੂੰ ਡੈਸ਼ ਕਿਹਾ ਜਾਂਦਾ ਹੈ ਤਾ ਗੋਰਖ ਧੰਦਾ ਮਸ਼ੀਨ ਨਾਲ ਬਣਾਈ ਵਸਤੂ ਵਿੱਚ ਕਾਰੀਗਰ ਦੀ ਥਾਂ ਡੈਸ਼ ਨੇ ਲੈ ਲਈ ਤਾਂ ਕੰਪਨੀਆਂ ਨੇ ਲੈ ਲਈ ਜਿਹੜੇ ਪਹਿਲਾਂ ਕਾਰੀਗਰ ਥਾਂ ਬਣਾਉਂਦੇ ਸੀ ਠੀਕ ਹੈ ਤੇ ਹੁਣ ਜਿਹੜਾ ਕੰਮ ਕਾਰੀਗਰ ਕਰਦੇ ਸੀ ਅੱਜ ਕੱਲ ਉਹ ਕੰਮ ਮਸ਼ੀਨਾਂ ਕਰਦੀਆਂ ਤੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਲਾਤੀਆਂ ਤੇ ਕਾਰੀਗਰ ਖਤਮ ਹੋ ਗਏ ਲੋਕ ਕਲਾ ਤੇ ਡੈਸ਼ ਕਲਾ ਵਿੱਚ ਕੁਝ ਅੰਤਰ ਵੀ ਹੈ ਸ਼ਾਸਤਰੀ ਕਲਾ ਵਿੱਚ ਡੈਸ਼ ਦੀ ਲੋਕ ਕਲਾ ਵਿੱਚ ਬਾਗ ਫੁਲਕਾਰੀ ਦੀ ਕਢਾਈ ਦਾ ਵਿਸ਼ੇਸ਼ ਥਾਂ ਹੈ ਤਾਂ ਪੰਜਾਬ ਦੀ ਲੋਕ ਕਲਾ ਵਿੱਚ ਫੁਲਕਾਰੀ ਕਢਾਈ ਦੀਆਂ ਸਾਰੀਆਂ ਵਨਗੀਆਂ ਹੀ ਡੈਸ਼ ਦੇ ਕੱਪੜੇ ਨਾਲ ਸੰਬੰਧ ਰੱਖਦੀਆਂ ਹਨ ਤਖੱਦਰ ਦੇ ਕੱਪੜੇ ਨਾਲ ਖੱਦਰ ਦੇ ਕੱਪੜੇ ਤੇ ਕਢਾਈ ਕੀਤੀ ਜਾਂਦੀ ਹੈ ਦੇਖੋ ਇਹ ਸੰਸਕ੍ਰਿਤ ਵਿੱਚ ਹੱਥ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਕਰ ਕਿਹਾ ਜਾਂਦਾ ਹੈ ਰਿਪੀਟ ਹੋ ਗਿਆ ਕੁਐਸਚਨ ਹੇਠ ਲਿਖੇ ਵਾਕਾਂ ਦੇ ਹਾਂ ਜਾਂ ਨਾ ਵਿੱਚ ਉੱਤਰ ਦਿਓ ਲੋਕ ਕਿੱਤਿਆਂ ਦੀ ਮਹਾਰਤ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ ਤੇ ਸਹੀ ਹੈ ਇਹ ਹਾਂ ਉੱਤਰ ਆਇਆ ਇਹਦਾ ਜਦੋਂ ਕੋਈ ਕਾਮਾ ਸ਼੍ਰੇਣੀ ਕਿਸੇ ਕੰਮ ਨੂੰ ਲੰਮਾ ਸਮਾਂ ਲਗਾਤਾਰ ਕਰਦੀ ਰਹੀ ਤਾਂ ਉਸ ਸ਼੍ਰੇਣੀ ਨੂੰ ਉਸ ਦੇ ਕਿੱਤੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਤਾਂ ਸਹੀ ਹੈ ਇਹ ਵੀ ਹਾਂ ਬਾਜ਼ੀਗਰਾਂ ਕੋਲ ਔਜ਼ਾਰਾਂ ਦੀ ਥਾਂ ਪਸ਼ਾਈ ਮੁਹਾਵਰੇ ਤੇ ਮਰਾਸੀਆਂ ਕੋਲ ਸਰੀਰ ਤੇ ਸਰੀਰ ਦੇ ਅੰਗ ਹੁੰਦੇ ਹਨ ਤਾਂ ਇਹ ਗਲਤ ਹੈ ਦੇਖੋ ਕਿਉਂਕਿ ਬਾਜ਼ੀਗਰਾਂ ਕੋਲ ਸਰੀਰ ਤੇ ਸਰੀਰ ਦੇ ਅੰਗ ਹੁੰਦੇ ਆ ਤੇ ਮਰਾਸੀਆਂ ਦੇ ਕੋਲ ਪਸ਼ਾਈ ਮੁਹਾਵਰੇ ਹੁੰਦੇ ਆ ਇੱਥੇ ਉਲਟ ਲਿਖਿਆ ਹੋਇਆ ਇਸ ਕਰਕੇ ਗਲਤ ਹੈ ਲੋਕ ਕਿੱਤਾ ਤੇ ਲੋਕਤੰਦਾ ਬਿਲਕੁਲ ਸਮਾਨ ਅਰਥਾਂ ਵਾਲੇ ਸ਼ਬਦ ਨਹੀਂ ਤਾਂ ਇਹ ਸਹੀ ਹੈ ਕਿਉਂਕਿ ਦੋਨਾਂ ਦੇ ਅਰਥ ਹੈ ਜਿਹੜੇ ਉਹ ਅਲੱਗ-ਅਲੱਗ ਹੈ ਤੇਲੀ ਕੋਲੂ ਨਾਲ ਤੇਲ ਦੇ ਬੀਜਾਂ ਵਿੱਚੋਂ ਤੇਲ ਕੱਢਣ ਦਾ ਕੰਮ ਕਰਦਾ ਹੈ ਇਹ ਵੀ ਸਹੀ ਹੈ ਠੀਕ ਹੈ ਤੇਲੀ ਕੰਮ ਕਰਦਾ ਤੇਲ ਦੇ ਬੀਜਾਂ ਦਾ ਬਾਗ ਦੀ ਕਢਾਈ ਦੀ ਲੋਕ ਕਲਾ ਵਿੱਚ ਵਿਸ਼ੇਸ਼ ਥਾਂ ਨਹੀਂ ਤਾਂ ਇਹ ਗਲਤ ਹੈ ਕਿਉਂਕਿ ਵਿਸ਼ੇਸ਼ ਥਾਂ ਹੈ ਲੋਕ ਕਲਾ ਦੇ ਵਿੱਚ ਇਸ ਦੀ ਚੋਪ ਤੇ ਸੁਬਰ ਵਿਆਹ ਦੀਆਂ ਫੁਲਕਾਰੀਆਂ ਹਨ ਤਾਂ ਹ ਇਹ ਕੁੜੀ ਦੇ ਨਾਨਕਿਆਂ ਵੱਲੋਂ ਦਿੱਤੀਆਂ ਜਾਂਦੀਆਂ ਦੇਖੋ ਚੋਪ ਤੇ ਸੁੱਬਰ ਤਾਂ ਸਹੀ ਆਏਗਾ ਇਹਦਾ ਨਵਰਾਤਰਿਆਂ ਦੇ ਦਿਨਾਂ ਵਿੱਚ ਕੁਆਰੀਆਂ ਕੁੜੀ ਕੰਨਿਆਵਾਂ ਕੰਦ ਉੱਪਰ ਗੋਹੇ ਨਾਲ ਸੰਚੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ ਤਾਂ ਇਹ ਵੀ ਸਹੀ ਹੈ ਠੀਕ ਹੈ ਤਾਂ ਇਹ ਸੰਨ ਦੇਖੋ ਸਾਡੇ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ